ਦੇਰ ਰਾਤ ਬਟਾਲਾ ਵਿੱਚ ਉਸ ਵਕਤ ਖੌਫ ਮੱਚ ਗਿਆ ਜਦੋਂ ਬਟਾਲਾ ਦੇ ਮੁਰਗੀ ਮੁਹੱਲੇ ਦੀ ਕੁੜੀ ਜੋ ਕਿ ਇੱਕ ਕਿਰਾਏ ਦੇ ਘਰ ਵਿੱਚ ਰਹਿ ਰਹੀ ਸੀ ਉਸ 'ਤੇ ਇੱਕ ਨੌਜਵਾਨ ਨੇ 12 ਬੋਰ ਰਾਈਫਲ ਨਾਲ ਗੋਲੀਆਂ ਦਾਗ ਦਿੱਤੀਆਂ ਅਤੇ ਇਸ ਦੌਰਾਨ ਖੁਦ ਨੂੰ ਵੀ ਗੋਲੀ ਮਾਰ ਲਈ। ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਜ਼ਖਮੀ ਕੁੜੀ ਨੂੰ ਸਿਵਲ ਹਸਪਤਾਲ ਬਟਾਲਾ ਲੈ ਕੇ ਜਾਇਆ ਗਿਆ ਜਿੱਥੇ ਉਸ ਦੀ ਹਾਲਤ ਗੰਭੀਰ ਦੇਖਦਿਆਂ ਹੋਇਆ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਉਸ ਨੂੰ ਇੱਕੋ ਦਾ ਅੰਮ੍ਰਿਤਸਰ ਰੈਫਰ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਦਿਆਂ ਹੀ DSP ਸ੍ਰੀ ਬਾਲਕ੍ਰਿਸ਼ਨ ਸਿੰਗਲਾ ਪੁਲਿਸ ਬਲ ਸਮੇਤ ਮੌਕਾ ਵਾਰਦਾਤ 'ਤੇ ਪਹੁੰਚ ਗਏ। ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਹੋਇਆਂ ਮਕਾਨ ਮਾਲਕਿਨ ਰਣਜੀਤ ਕੌਰ ਨੇ ਦੱਸਿਆ ਕਿ ਆਪਣੇ ਮੁੰਡੇ ਸੁਖਵਿੰਦਰ ਸਿੰਘ ਦੇ ਨਾਲ ਉਹ ਆਪਣੇ ਘਰ ਵਿੱਚ ਰਹਿੰਦੀ ਹੈ ਅਤੇ ਇਹਨਾਂ ਨੇ 4 ਮਹੀਨੇ ਪਹਿਲਾਂ ਰੁਪਿੰਦਰ ਕੌਰ ਉਰਫ ਮੀਨਾ ਨੂੰ ਆਪਣਾ ਉੱਪਰ ਦਾ ਮਕਾਨ ਕਿਰਾਏ 'ਤੇ ਦਿੱਤਾ ਸੀ ਜੋ ਕਿ ਬਿਊਟੀ ਪਾਰਲਰ ਦਾ ਕੰਮ ਕਰਦੀ ਹੈ ਅਤੇ ਬੀਤੀ ਦੀਵਾਲੀ ਨੂੰ ਉਸਦਾ ਮਾਮਾ ਮੇਜਰ ਸਿੰਘ ਆਇਆ ਸੀ ਜਿਸ ਦੇ ਬਾਅਦ ਉਸਦਾ ਮਾਮਾ ਦੇਰ ਸ਼ਾਮ ਅਚਾਨਕ ਆਪਣੇ ਹੱਥ ਵਿੱਚ ਇੱਕ ਰਾਈਫਲ ਲੈ ਕੇ ਆਇਆ ਅਤੇ ਫਿਰ ਪੌੜੀਆਂ ਦੇ ਰਸਤੇ ਛੱਤ 'ਤੇ ਚੜ੍ਹ ਗਿਆ ਜਾ ਕੇ ਰੁਪਿੰਦਰ ਕੌਰ ਉਰਫ ਮੀਨਾ ਨੂੰ ਗੋਲੀ ਮਾਰ ਦਿੱਤੀ ਜਿਸ ਦੇ ਬਾਅਦ ਉਸਨੇ ਖੁਦ ਨੂੰ ਵੀ ਗੋਲੀ ਮਾਰ ਲਈ। ਉਹਨਾਂ ਨੇ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ। ਉਹ 4 ਮਹੀਨੇ ਤੋਂ ਸਾਡੇ ਘਰ ਰਹਿਣ ਡਈ ਸੀਗੀ ਅਤੇ ਕੋਈ ਇਹੋ ਜਿਹੀ ਗੱਲਬਾਤ ਨਹੀਂ ਸੀ ਹੈਗੀ ਅਤੇ ਦਿਵਾਲੀ 'ਤੇ ਇਹ ਆਇਆ ਵਾ ਅਤੇ ਉਦੋਂ ਕਹਿੰਦੇ ਇਹਦੀ ਮਾਮੀ ਵੀ ਨਾਲ ਆਈ ਆ ਕਹਿੰਦੀ ਮੇਰੀ ਮਾਮੀ ਆ ਨਾਲ ਅਤੇ ਉਹ ਤੋਂ ਬਾਅਦ ਮੁੜ ਕੇ ਨਹੀਂ ਆਇਆ ਅੱਜ ਆਇਆ ਵਾ ਅਤੇ ਅਸੀਂ ਆਪਣੇ ਧਿਆਨ ਆਪਣੇ ਘਰ ਇੱਥੇ ਬੈਠੇ ਚਾਹ ਪੀਣ ਡਏ ਸੀ ਆਇਆ ਪੁੱਛਿਆ ਵਾ ਪੁੱਛ ਕੇ ਅਤੇ ਉਸੇ ਵੇਲੇ ਮੈਂ ਕਿਹਾ ਭਾਅ ਜੀ ਅਸੀਂ ਉੱਪਰ ਨਹੀਂ ਕਿਸੇ ਨੂੰ ਚੜ੍ਹਨ ਦਿੰਦੇ ਕਹਿੰਦੇ ਜਿਹੜਾ ਕੋਈ ਗਾੜੀ ਆਇਆ ਗੋਲੀ ਮਾਰ ਦੂੰਗਾ ਉਹਨੇ ਦਨਾਲੀ ਉਹਦੇ ਹੱਥ ਵਿੱਚ ਹੀ ਉਹ ਚੜ੍ਹਿਆ ਐਡੀ ਸਪੀਡ 'ਚ ਹੈ ਦੋ 3 ਸਟੈਪ ਇਕੱਠਾ ਚੜ੍ਹ ਗਿਆ ਤਾਂ ਉਸੇ ਵੇਲੇ ਗੋਲੀ ਦੀ ਆਵਾਜ਼ ਆਈ ਆਪਾਂ ਤਾਂ ਛੇਤੀ ਨਾਲ ਬਾਹਰ ਨਿਕਲ ਗਏ ਬਾਹਰ ਨਿਕਲੇ ਉਸੇ ਵੇਲੇ ਰੌਲਾ ਪੈ ਗਿਆ ਅਤੇ ਪੁਲਿਸ ਨੇ ਆ ਕੇ ਦੇਖਿਆ ਵੀ ਉਹ 2 ਲਾਸ਼ਾਂ ਪਈਆਂ ਅਤੇ ਉਹ ਕੁੜੀ ਤਾਂ ਚਲੋ ਬਚ ਕੇ ਜਾਂਦੇ। ਉੱਥੇ ਸਿਵਲ ਹਸਪਤਾਲ ਦੇ ਡਾਕਟਰ ਅਰਵਿੰਦਰ ਸ਼ਰਮਾ ਨੇ ਦੱਸਿਆ ਕਿ ਨੌਜਵਾਨ ਦੀ ਮ੍ਰਿਤਕ ਦੇ ਹਸਪਤਾਲ ਲਿਆਉਂਦੀ ਗਈ ਹੈ ਅਤੇ ਕੁੜੀ ਗੰਭੀਰ ਤੌਰ 'ਤੇ ਜ਼ਖਮੀ ਹੈ। ਸਾਡੇ ਕੋਲ ਇੱਕ ਲੜਕੀ ਉਮਰ ਤਕਰੀਬਨ 30 ਤੋਂ 32 ਸਾਲ ਉਮਰ ਆ ਨਾਮ ਉਹਦਾ ਰੁਪਿੰਦਰ ਕੌਰ ਆ ਉਹਨੂੰ ਕਾਫੀ ਜ਼ਖਮੀ ਹਾਲਾਤ ਵਿੱਚ ਲੈ ਕੇ ਸਾਡੇ ਕੋਲ 108 ਐਂਬੂਲੈਂਸ ਲੈ ਕੇ ਆਈ ਹੈ ਅਤੇ ਕਹਿਣੇ ਮੁਤਾਬਕ ਉਹਨਾਂ ਨੂੰ ਇੱਕ ਗੋਲੀ 'ਚ ਲੱਗੀ ਹੋਈ ਹੈ ਉਹਨਾਂ ਨੂੰ ਅਸੀਂ ਬਣਦੀ ਮੁੱਢਲੀ ਸਹਾਇਤਾ ਦੇ ਕੇ ਅਸੀਂ ਉਹਨਾਂ ਨੂੰ ਉਹਨਾਂ ਦੀ ਨਾਜ਼ੁਕ ਹਾਲਤ ਕਰਕੇ ਉਹਨੂੰ ਅਸੀਂ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਰੈਫਰ ਕਰ ਦਿੱਤਾ ਹੈ ਕਿਉਂਕਿ ਉਹਨਾਂ ਦੀ ਹਾਲਾਤ ਕਾਫੀ ਗੰਭੀਰ ਸੀ। ਕੋਈ ਡੈਡ ਬੋਡੀ ਵੀ ਆਈ ਹੈ? ਹਾਂਜੀ ਇੱਕ ਡੈਡ ਬੋਡੀ ਆਈ ਹੈ ਬਟ ਉਹਦੀ ਪੂਰੀ ਉਹਦੀ ਇਨਫੋਰਮੇਸ਼ਨ ਪੁਲਿਸ ਵੱਲੋਂ ਸਾਨੂੰ ਦੇਣੀ ਅਜੇ ਬਾਕੀ ਆ। ਡੈਡ ਬੋਡੀ ਆ ਚੁੱਕੀ ਹੈ ਇੱਕ ਜੋ ਕਿ ਇੱਕ ਲੜਕੇ ਦੀ ਡੈਡ ਬੋਡੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜੋ ਸਾਨੂੰ ਅਜੇ ਤੱਕ ਦੀ ਸਾਨੂੰ ਫੈਕਟਸ ਜੋ ਪਤਾ ਲੱਗਿਆ ਹੈਗਾ ਉਹ ਇਹ ਇੱਥੇ ਇੱਕ ਲੜਕੀ ਸੀ ਜੋ ਇੱਥੇ ਬਿਊਟੀ ਪਾਰਲਰ ਦਾ ਕੰਮ ਕਰਦੀ ਸੀ ਜੋ ਕਰਦੀ ਹੈਗੀ ਹੈ ਅਤੇ ਉਹ ਇੱਥੇ ਕਿਰਾਏ 'ਤੇ ਰਹਿੰਦੀ ਆ ਜੋ ਇਹਨਾਂ ਦੇ ਇੱਥੇ ਆਪਣੇ ਮੁਰਗੀ ਮਹੱਲੇ ਕਿਰਾਏ 'ਤੇ ਰਹਿੰਦੀ ਹੈ ਅਤੇ ਜਿਸ ਜੋ ਪਿੱਛੋਂ ਡਾਬਾ ਵਾਲੀ ਪਿੰਡ ਹੈਗੀ ਹੈ ਉੱਥੋਂ ਬਿਲੋਂਗ ਕਰਦੀ ਹੈਗੀ ਹੈ ਅਤੇ ਉਸ ਨੂੰ ਕੋਈ ਮੁੰਡਾ ਸਟੋਕ ਕਰਦਾ ਸੀ ਹਜੇ ਜਿਹੜੀ ਪਤਾ ਨਹੀਂ ਇਹ ਗੱਲ ਕਨਫਰਮ ਕਰੀ ਹੋਈ ਹੋਈ ਨਹੀਂ ਹੈਗੀ ਜੋ ਉਹਦਾ ਨਾਮ ਮੇਜਰ ਸਿੰਘ ਹੈਗਾ ਜੋ ਆਇਆ ਇੱਥੇ ਅਤੇ ਉਹਨੇ ਉਹ ਸਾਨੂੰ ਹਜੇ ਤਾਂ ਪ੍ਰੀਲਿਮਨਰੀ ਇਨਵੈਸਟੀਗੇਸ਼ਨ ਆ ਹਜੇ ਸਾਨੂੰ ਕੁਛ ਨਹੀਂ ਕਹਿ ਸਕਦੇ ਹਜੇ ਜੋ ਆਇਆ ਮੇਜਰ ਸਿੰਘ ਨਾਮ ਦਾ ਇੱਕ ਜੋ ਵਿਅਕਤੀ ਆਇਆ ਇੱਥੇ ਜਿਸ ਨੇ ਉੱਪਰ ਆ ਕੇ ਫਾਇਰ ਕੀਤੇ ਹੈਗੇ ਆ ਇੱਥੇ ਅਤੇ ਜਿਸ ਨਾਲ ਜੋ ਲੜਕੀ ਦੇ ਵੀ ਫਾਇਰ ਲੱਗਿਆ ਹੈਗਾ ਅਤੇ ਜਿਸ ਨੇ ਖੁਦ ਵੀ ਜੋ ਹਜੇ ਤੱਕ ਸਾਨੂੰ ਲੱਗਦਾ ਹੈਗਾ ਖੁਦ ਵੀ ਉਹਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਹੈ ਜਿਸ ਨਾਲ ਜੋ ਮੇਜਰ ਸਿੰਘ ਆ ਉਸ ਦੀ ਡੈਥ ਹੋ ਚੁੱਕੀ ਹੈ ਜੋ ਲੜਕੀ ਹੈਗੀ ਆ ਉਹ ਹਜੇ ਇੰਜਰਡ ਹੈਗੀ ਹੈ ਜਿਸ ਨੂੰ ਅਸੀਂ ਜਲਦੀ ਤੋਂ ਜਲਦੀ ਹੋਸਪਿਟਲ ਉਹਨੂੰ ਪਹੁੰਚਾਇਆ ਗਿਆ। ਰਿਸ਼ਤਿਆਂ ਦੀ ਇਹ ਖੂਨੀ ਗੁੰਜਲ ਫਿਲਹਾਲ ਸੁਲਝਦੀ ਨਜ਼ਰ ਨਹੀਂ ਆ ਰਹੀ। ਬਟਾਲਾ ਤੋਂ ਭੋਪਾਲ ਸਿੰਘ ਦੇ ਨਾਲ ਬਿਊਰੋ ਰਿਪੋਰਟ।